ਆ ਅਸੀਂ ਜਿਹੜੇ ਪਿਛਲੇ 1.5 ਸਾਲ ਤੋਂ ਵੱਧ ਸਮੇਂ ਤੋਂ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਅਕਾਲੀ ਦਲ ਪੰਜ ਪ੍ਰਧਾਨੀ ਸਿਆਸੀ ਬਦਲਾਪੋਰੀ ਦੇ ਤਹਿਤ ਵੱਖ ਵੱਖ ਕੇਸਾਂ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਦੇ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਆ ਯੂਥ ਅਕਾਲੀ ਦਲ ਪੰਜ ਪ੍ਰਧਾਨੀ ਅਤੇ ਸਿੱਖ ਸੂਰਤ ਸਿੰਘ ਵੱਲੋਂ ਇਸ ਰਿਪੋਰਟ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਕਿਹੜੀਆਂ ਹਾਲਾਤਾਂ ਦੇ ਵਿੱਚ ਦਲਜੀਤ ਸਿੰਘ ਬਿੱਟੂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੇ ਉੱਤੇ ਪੱਤਰਕਾਰਾਂ ਨੂੰ ਵਕੀਲਾਂ ਨੂੰ ਅਤੇ ਹੋਰ ਪਾਰਟੀ ਦੇ ਆਮ ਬੰਦਿਆਂ ਨੂੰ ਜਾਂ ਕਿਸੇ ਗਰੀਬਾਂ ਨੂੰ ਜਿਹੜੀ ਮਾਇਕ ਮਦਦ ਜਾਂ ਇਸ਼ਤਿਹਾਰਾਂ ਦੇ ਪੈਸੇ ਜਾਂ ਲੀਗਲ ਫੀਸ ਦੇ ਤੌਰ 'ਤੇ ਦਿੱਤੇ ਗਏ ਉਹਨਾਂ ਨੂੰ ਆਧਾਰ ਬਣਾ ਕੇ ਅਨਲਾਫੁਲ ਐਕਟੀਵਿਟੀ ਪ੍ਰਵੈਂਸ਼ਨ ਐਕਟ ਦੇ ਤਹਿਤ ਬੰਦ ਕੀਤਾ ਗਿਆ ਉਹਦੇ ਤਹਿਤ ਦੋ ਝੂਠੇ ਕੇਸ ਹੋਰ ਰੋਪੜ ਦੇ ਵਿੱਚ ਅਤੇ ਇੱਕ ਮਾਨਸਾ ਦੇ ਵਿੱਚ ਜਿਹੜਾ ਡੇਰਾ ਪ੍ਰੇਮੀ ਦਿੱਲੀ ਸ਼ਰਮਾ ਦਾ ਕਤਲ ਕੇਸ ਉਹ ਪਾ ਦਿੱਤਾ ਗਿਆ ਅਸੀਂ ਇਹੀ ਨਿਆਂ ਪਸੰਦ ਮਨੁੱਖੀ ਅਧਿਕਾਰਾਂ ਦੀਆਂ ਲੰਬਰਦਾਰ ਜਥੇਬੰਦੀਆਂ ਨੂੰ ਇਹ ਗੱਲ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਇਹਨਾਂ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਂਡ ਪੰਜਾਬ ਦੇ ਵਿੱਚ ਹੋ ਰਹੇ ਨੇ ਪਹਿਲਾਂ ਜਸਪਾਲ ਸਿੰਘ ਪਾਲੀ ਯੂਥ ਵਿੰਗ ਦਾ ਇੱਕ ਆਗੂ ਕਤਲ ਹੋਇਆ ਉਹਦੀ ਜਾਂਚ ਨਹੀਂ ਕੀਤੀ ਗਈ ਉਹਨੂੰ ਆਤਮ ਹੱਤਿਆ ਦਾ ਕੇਸ ਬਣਾ ਕੇ ਫਾਈਲ ਬੰਦ ਕਰਤੀ ਉਸ ਤੋਂ ਬਾਅਦ ਸੋਹਣਜੀਤ ਸਿੰਘ ਸੁਰ ਸਿੰਘ ਵਾਲੇ ਨੂੰ ਪੁਲਿਸ ਨੇ ਪੁਲਿਸ ਕਸਟਡੀ ਦੇ ਵਿੱਚ ਕਤਲ ਕੀਤਾ ਉਹਨੂੰ ਆਤਮ ਹੱਤਿਆ ਦਾ ਮਾਮਲਾ ਬਣਾਇਆ ਜਾ ਰਿਹਾ ਇਹ ਜਿਹੜੀਆਂ ਗੱਲਾਂ ਸਾਰੀਆਂ ਇਹਨਾਂ ਦੀ ਜਾਗਰੂਕਤਾ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਮੀਡੀਆ ਅਤੇ ਨਿਆਂ ਪਸੰਦ ਜਥੇਬੰਦੀਆਂ ਸਾਡਾ ਸਾਥ ਦੇਣ ਅਤੇ ਇਹਨਾਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਜੋ ਪੰਜਾਬ ਅੱਜ ਅਮਨ ਕਾਨੂੰਨ ਦੀ ਇੱਥੇ ਸਥਿਤੀ ਵਿਗੜ ਰਹੀ ਹੈ ਗੁੰਡਾ ਰਾਜ ਚੱਲ ਰਿਹਾ ਹੈ ਉਸ ਨੂੰ ਖਤਮ ਕਰਕੇ ਨਿਆਂ ਦਾ ਪ੍ਰਬੰਧ ਜਿਹੜਾ ਇੱਥੇ ਕਾਇਮ ਕੀਤਾ ਜਾਵੇ ਅਸੀਂ ਆਪਣੀ ਜੰਗ ਜਿਹੜੀ ਆ ਉਹ ਸੱਚ ਦੇ ਨਾਲ ਕਿਰਦਾਰ ਦੇ ਨਾਲ ਕਰੈਕਟਰ ਦੇ ਨਾਲ ਲੜ ਰਹੇ ਹਾਂ ਅਤੇ ਸਾਡੀ ਇਹ ਜੰਗ ਚਾਹੀਦੀ ਸਾਨੂੰ ਫਤਿਹ ਯਾਬ ਕਰਨ ਵਿੱਚ ਸਾਡੀ ਜਿਹੜੀ ਸਹਾਇਤਾ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਕੰਨ ਸਾਡੀ ਇਹੀ ਅਪੀਲ ਆ ਇਹ ਰਿਪੋਰਟ ਅਸੀਂ ਇਸੇ ਸੰਦਰਭ ਦੇ ਵਿੱਚ ਜਾਰੀ ਕੀਤੀ ਹੈ ਅਤੇ ਕੁਛ ਸਿਆਸੀਕਰਨ ਹੋ ਚੁੱਕਿਆ ਜੀ ਪੁਲਿਸ ਦਾ ਸਾਬਕਾ ਪੁਲਿਸ ਅਫਸਰ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੇ ਨੇ ਅਤੇ ਜਿਹਨਾਂ ਨੇ ਸਾਬਕਾ ਹੋ ਜਾਣਾ ਉਹ ਵੀ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਨੇ ਅਤੇ ਜਿਹਨਾਂ ਨੇ ਟਿਕਟਾਂ ਲੈਣੀਆਂ ਅਕਾਲੀ ਪਾਰਟੀ ਤੋਂ ਜਾਂ ਕਿਸੇ ਪਾਰਟੀਆਂ ਕੋਲੋਂ ਸਿਆਸੀ ਪਾਰਟੀਆਂ ਕੋਲ ਉਹਨਾਂ ਨੇ ਉਹਨਾਂ ਦੇ ਹੱਥ ਕੰਡੇ ਬਣ ਕੇ ਕੰਮ ਕਰਨਾ ਹੀ ਆ ਡੀਜੀਪੀ ਦਾ ਇਹ ਬਿਆਨ ਸੀਗਾ ਵੀ ਦਲਜੀਤ ਸਿੰਘ ਬਿੱਟੂ ਨੂੰ ਸਜ਼ਾ ਦੇ ਕੇ ਸਾਹ ਲਊਗਾ ਅਤੇ ਉਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਿਆਸੀ ਦਬਾਅ ਦੇ ਹੇਠ ਹੀ ਚੱਲਦੀਆਂ ਨੇ ਜਿਹੜਾ ਕੋਈ ਅਫਸਰ ਹੈ ਕੋਈ ਸੰਸਦ ਨੂੰ ਰੂਲ ਦੇ ਮੁਤਾਬਕ ਕੰਮ ਕਰਨਾ ਚਾਹੀਦਾ ਨਾ ਕਿ ਸਿਆਸੀ ਬਦਲਾਪੁਰੀ ਦਾ ਇੱਕ ਟੂਲ ਬਣਨਾ ਚਾਹੀਦਾ ਧਾਰਮਿਕ ਸੰਸਥਾਵਾਂ ਜਿਹੜੀ ਸ਼੍ਰੋਮਣੀ ਕਮੇਟੀ ਅੱਜ ਦੀ ਤਰੀਕ ਦੇ ਵਿੱਚ ਉਹ ਬਾਦਲ ਦਲ ਦਾ ਇੱਕ ਟੂਲ ਹੈ ਉਹ ਟੂਲ ਵਜੋਂ ਕੰਮ ਕਰਦੀ ਹੈ ਜਿਹੜਾ ਕੰਮ ਕਰਨ ਦੇ ਨਾਲ ਅਕਾਲੀ ਦਲ ਬਾਦਲ ਨੂੰ ਬਾਦਲ ਪਰਿਵਾਰ ਨੂੰ ਫਾਇਦਾ ਹੋਣਾ ਉਹੀ ਉਹ ਕੰਮ ਕਰਦੇ ਆ ਜਿਹਦੇ ਵਿੱਚ ਉਹਨਾਂ ਨੂੰ ਧਾਰ ਲੱਗਣੀ ਉਹ ਕੰਮ ਹੀ ਨਹੀਂ ਕਰਦੇ ਹੁਣ ਹੋਰ ਚਿੱਲਰ ਦੇ ਮਸਲੇ ਦੇ ਉੱਤੇ ਇਹਨਾਂ ਨੂੰ 84 ਦੇ ਮੁੱਦੇ ਦੇ ਉੱਤੇ ਦੋ ਦਹਾਕਿਆਂ ਤੋਂ ਵੋਟਾਂ ਮੰਗ ਰਹੇ ਲੋਕਾਂ ਤੋਂ ਉਸ ਦੀ ਤਾਂ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ 1984 ਤੋਂ ਲੈ ਕੇ 92 ਤੱਕ ਜੋ ਕਤਲੇਆਮ ਹੋਇਆ ਅਤੇ ਉਹਦੇ ਦੋਸ਼ੀ ਅਤੇ ਪੰਜਾਬ ਦੇ ਵਿੱਚ ਪੁਲਿਸ ਅਫਸਰ ਦੰਦ ਲਾਉਂਦੇ ਫਿਰਦੇ ਨੇ ਉਹ ਅਕਾਲੀ ਪਾਰਟੀ ਦੀਆਂ ਟਿਕਟਾਂ ਲੈਣ ਦੀਆਂ ਤਿਆਰੀਆਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਇਹ ਕਦੀ ਆਵਾਜ਼ ਨਹੀਂ ਉਠਾਉਂਦੇ।